ਨਾਲੇ ਗੱਲਾਂ ਕਰਦੇ ਸੀ ਕਿ ਕੱਲ ਪੈਲਸ ਵਿੱਚ ਭੰਗੜਾ ਪਾਵਾਂਗੇ ਕਿਉਂਕਿ ਡਾਂਸਰਾਂ ਬੜੀਆਂ ਅੱਤ ਦੇਖਣ ਨੂੰ ਮਿਲਦੀਆਂ ਨੇ। ਕੋਈ ਕਹੇ ਆਪਾਂ ਤਾਂ ਸਟੇਜ ਤੇ ਦੋ ਪੈਗ ਲਾ ਕੇ ਡਾਂਸਰ ਦੀ ਬਾਂਹ ਫੜ ਕੇ ਨੱਚਣਾ ਤੇ ਕੋਈ ਪਤਾ ਨਹੀਂ ਕੀ ਕੁਝ ਸੋਚੀ ਬੈਠਾ ਸੀ। ਜਿਵੇਂ ਤਿਵੇਂ ਰਾਤ ਗੁਜ਼ਰਦੀ ਗਈ ਤੇ ਸਵੇਰੇ ਬਰਾਤ ਟਾਈਮ ਫਿਰ ਉਹੀ ਗੱਲਾਂ ਚੱਲ ਰਹੀਆਂ ਸੀ। ਉਹਨਾਂ ਵਿੱਚ ਬਰਾਤ ਪਿੰਡੋਂ ਪੈਲਸ ਵੱਲ ਪੁੱਜੀ, ਰਸਮ ਰਿਵਾਜ ਨਿਭਾ ਕੇ ਕੁਝ ਕੁ ਫੇਰਿਆਂ ਲਈ ਘਰ ਨੂੰ ਚਲੇ ਗਏ ਤੇ ਜਿਨ੍ਹਾਂ ਖੱਪ ਕਰਨੀ ਸੀ ਸਟੇਜ ਦੇ ਸਾਹਮਣੇ ਲੱਗੇ ਟੇਬਲ ਤੇ ਬੈਠ ਗਏ ਤੇ ਇੰਨੇ ਨੂੰ ਟੇਬਲਾਂ ਤੇ ਦਾਰੂ ਸੋਡੇ ਦੇ ਚਿਕਨ ਵੀ ਲੱਗ ਗਿਆ। ਉਧਰੋਂ ਡੀਜੇ ਤੇ ਪ੍ਰੋਗਰਾਮ ਵੀ ਸ਼ੁਰੂ ਹੋ ਗਿਆ। ਫਿਰ ਕੀ ਸੀ, ਮੇਰੇ ਵਰਗੇ ਫੁਕਰੇ ਲਾ ਕੇ ਤਿੰਨ ਚਾਰ ਪੈਗ ਚੜ ਗਏ ਸਟੇਜ ਤੇ। ਥੋੜੀ ਕੁ ਦੇਰ ਬਾਅਦ ਦੋ ਡਾਂਸਰਾਂ ਨੂੰ ਸਟੇਜ ਤੇ ਬੁਲਾਇਆ ਗਿਆ। ਉਹਨਾਂ ਉੱਤੋਂ ਪੈਸੇ ਸੁੱਟੇ ਜਾ ਰਹੇ ਸਨ ਤੇ ਕੋਈ ਬਾਂਹ ਫੜ ਕੇ ਕੋਈ ਇਹੋ ਜਿਹੀਆਂ ਹਰਕਤਾਂ ਕਰ ਰਹੇ ਸਨ ਕਿ ਵੇਖ ਕੇ ਸ਼ਰਮ ਆ ਜਾਵੇ। ਇੱਕ ਡਾਂਸਰ ਰੋਂਦੀ ਹੋਈ ਸਟੇਜ ਤੋਂ ਆਪਣੇ ਡਰੈਸਿੰਗ ਰੂਮ ਵੱਲ ਚਲੀ ਗਈ ਤੇ ਇਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਵੀ ਡਰੈਸਿੰਗ ਰੂਮ ਵੱਲ ਗਿਆ ਤੇ ਵੇਖਿਆ ਉਹ ਰੋ ਰਹੀ ਸੀ। ਇੱਕ ਛੋਟਾ ਜਿਹਾ ਬੱਚਾ, ਮਸਾਂ 2-3 ਸਾਲ ਦਾ ਸੀ, ਉਸਨੂੰ ਦੁੱਧ ਪਿਲਾ ਰਹੀ ਸੀ ਤੇ ਨਾਲ 2-3 ਡਾਂਸਰਾਂ ਹੋਰ, ਡਾਂਸਰ ਕੁੜੀਆਂ ਹੋਰ ਉਸ ਕੁੜੀ ਨੂੰ ਚੁੱਪ ਕਰਾ ਰਹੀਆਂ ਸਨ। ਮੈਂ ਜਦ ਉਸਨੂੰ ਪੁੱਛਿਆ ਕਿ ਇੰਨਾ ਛੋਟਾ ਬੱਚਾ ਨਾਲ ਕਿਉਂ ਲੈ ਕੇ ਆਏ ਆ ਤੁਸੀਂ, ਉਸਦਾ ਕਹਿਣਾ ਸੀ, ਵੀਰ ਜੀ ਮੈਂ ਲਵ ਮੈਰਿਜ ਕੀਤੀ ਸੀ ਤੇ ਮੈਨੂੰ ਪਤਾ ਨਹੀਂ ਸੀ ਮੁੰਡਾ ਸਨੈਕ ਵਗੈਰਾ ਪੀਂਦਾ ਵਾ। ਮੈਰਿਜ ਤੋਂ 6-7 ਮਹੀਨੇ ਬਾਅਦ ਪਤਾ ਚੱਲਿਆ ਕਿ ਮੁੰਡਾ ਨਸ਼ੇ ਕਰਦਾ ਹੈ ਤੇ ਮੈਂ ਆਪਣੇ ਘਰ ਦੇ ਵਿਰੁੱਧ ਜਾ ਕੇ ਮੈਰਿਜ ਕੀਤੀ ਸੀ, ਇਸ ਕਰਕੇ ਘਰ ਦੇ ਵੀ ਮੈਨੂੰ ਸਪੋਰਟ ਨਹੀਂ ਕਰਦੇ। ਰੋ ਰੋ ਕੇ ਕਹਿਣ ਲੱਗੀ, ਵੀਰੇ ਉਹਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨਸ਼ਿਆਂ ਵਿੱਚ ਉਡਾ ਦਿੱਤੇ ਤੇ ਮੈਨੂੰ ਮਜ਼ਬੂਰੀ ਵਿੱਚ ਆ ਸਭ ਕਰਨਾ ਪੈ ਰਿਹਾ ਹੈ। ਵਿਚਾਰੀ ਕਹਿਣ ਲੱਗੀ, ਵੀਰੇ ਕੀ ਦੱਸਾਂ, ਲੋਕੀ ਤਾਂ ਸਟੇਜ ਤੇ ਆ ਕੇ ਕਈ ਵਾਰ ਏਦਾਂ ਦੀ ਹਰਕਤਾਂ ਕਰਦੇ ਨੇ ਕਿ ਮਰਨ ਨੂੰ ਦਿਲ ਕਰਦਾ ਹੈ। ਕਈ ਕਹਿਣਗੇ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ। ਕਹਿੰਦੀ, ਵੀਰੇ ਮੈਂ ਕਦ ਦੀ ਮਰ ਜਾਂਦੀ ਪਰ ਇਸ ਮਾਸੂਮ ਦਾ ਕੀ ਬਣੂ, ਇਹ ਸੋਚ ਕੇ ਮਨ ਸਮਝਾ ਲੈਂਦੀ ਆ। ਇਹ ਸਾਰਾ ਹਾਲ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਉਸਨੂੰ 500 ਰੁਪਏ ਦਿੱਤੇ ਪਰ ਉਸਨੇ ਲੈਣ ਤੋਂ ਮਨਾ ਕਰ ਦਿੱਤਾ। ਪਰ ਮੈਂ ਫੇਰ ਪੈਸੇ ਦਿੱਤੇ ਤੇ ਕਿਹਾ, ਭੈਣ ਰੱਖ ਲਾ, ਮੈਂ ਸ਼ਗਨ ਨਹੀਂ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦਿਖਾ ਕੇ ਖੁਸ਼ੀਆਂ ਲੱਭ ਰਹੇ ਨੇ। ਹੁਣ ਮੇਰੇ ਵਰਗੇ ਕਈ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਪਦੀ ਗਲਤੀ ਸੀ, ਕੁੜੀ ਨਾ ਲਵ ਮੈਰਿਜ ਕਰਵਾਉਂਦੀ ਤਾਂ ਨਾ ਅਸੀਂ ਦਲ ਦਲ ਵਿੱਚ ਫਸਦੇ। ਚਲੋ ਮੰਨ ਵੀ ਲੈਂਦੇ ਹਾਂ ਕੁੜੀ ਆਪਦੀ ਗਲਤੀ ਕਾਰਨ ਐਸੀ ਹਾਲਤਾਂ ਵਿੱਚ ਫਸੀ, ਪਰ ਐਸੀਆਂ ਵੀ ਬਹੁਤ ਹੋਣਗੀਆਂ ਜਿਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਉਹਨਾਂ ਨੂੰ ਇਹ ਜ਼ਿੰਦਤ ਸਹਿਣੀ ਪੈਂਦੀ ਹੈ। ਸੋ ਦੋਸਤੋ, ਇਸ ਵੀਡੀਓ ਦੇ ਨਾਲ ਇੰਨਾ ਹੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ। ਇਸੇ ਨਿਊਜ਼ ਦੇ ਨਾਲ ਇੰਨਾ ਹੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।